ਪੂਰੀ ਦੁਨੀਆ ਵਿੱਚ ਜਸ ਪੰਜਾਬੀ ਦੇਖ ਵੇਲੇ ਸਮੂਹ ਸਾਧ ਸੰਗਤ ਜੀ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਹਾਜ਼ਰ ਹਾਂ ਜੀ ਅੱਜ ਔਰ ਬਹੁਤ ਹੀ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਯੂਬਾ ਸਿਟੀ ਦੀ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਤਾਂ ਯੂਬਾ ਸਿਟੀ ਇੱਕ ਐਸਾ ਸ਼ਹਿਰ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਜਾਣਿਆ ਜਾਂਦਾ ਉਹਦਾ ਕਾਰਨ ਹੈ ਇੱਥੋਂ ਦਾ ਗੁਰੂ ਘਰ ਕੈਰਾਬੂਨਾ ਦੇ ਵਿੱਚ ਜੋ ਹੈ ਮਿਰਕਸ ਟਰੱਕਟਰ ਤੋਂ ਬਾਅਦ ਦੂਜੇ ਨੰਬਰ ਤੇ ਸਭ ਤੋਂ ਪੁਰਾਣਾ ਗੁਰੂ ਘਰ ਹੈਗਾ ਔਰ ਇਹ ਖਾਸੀਅਤ ਗੁਰੂ ਘਰ ਦੀ ਇਹ ਹੈ ਵੈਸੇ ਤਾਂ ਹਰ ਗੁਰੂ ਘਰ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੋ ਹਵਾ RAM ਰਾਜੇ ਪਰ ਇਸ ਗੁਰੂ ਘਰ ਦੀ ਗੱਲ ਕਰੀਏ ਅਪਾਰ ਬਖਸ਼ਿਸ਼ ਪਰਮਾਤਮਾ ਦੀ ਇਹ ਹੈ ਕਿ ਜਦੋਂ ਇਸ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਹੁੰਦਾ ਨਵੰਬਰ ਦੇ ਪਹਿਲੇ ਐਤਵਾਰ ਤਾਂ ਉਦੋਂ ਫਿਰ ਪੂਰੀ ਦੁਨੀਆ ਦੇ ਵਿੱਚੋਂ ਸੰਗਤ ਆਉਂਦੀ ਹੈ ਇਸ ਗੁਰੂ ਘਰ ਨਤਮਸਤਕ ਹੋਣ ਵਾਸਤੇ ਦੇ ਨਾਲ ਦੀ ਨਾਲ ਜਿਹੜੇ ਨਹੀਂ ਆ ਸਕਦੇ ਤਾਂ ਉਹਨਾਂ ਨੂੰ ਘਰਾਂ ਵਿੱਚ ਬੈਠਿਆਂ ਨੂੰ ਅਸੀਂ ਨਗਰ ਕੀਰਤਨ ਦਾ ਸਿੱਧਾ ਪ੍ਰਸਾਦ ਦਿਖਾਈਦਾ ਹੁਣ ਅਗਰ ਅਸੀਂ ਗੱਲ ਕਰੀਏ ਅੱਜ ਮੈਂ ਤੁਹਾਡੇ ਰੂਬਰੂ ਕਿਉਂ ਹੋ ਰਿਆਂ ਇਸ ਗੁਰੂ ਘਰ ਦੇ ਵਿੱਚ ਇਲੈਕਸ਼ਨਜ਼ ਹੋ ਰਹੀਆਂ ਨੇ 15 ਤੇ 16 ਮਈ ਨੂੰ ਸੋ ਉਹਦੇ ਵਿੱਚ ਖਾਲਸਾ ਪੰਥ ਸਲੀਟ ਜਿਹੜੀ ਹੈ ਉਹਨਾਂ ਵੱਲੋਂ ਉਹਨਾਂ ਦੇ ਕੁਝ ਮੈਂਬਰ ਕੁਝ ਸੇਵਾਦਾਰ ਕੁਝ ਨਮਾਇंदे ਸਾਡੇ ਨਾਲ ਜੁੜੇ ਨੇ ਉਹ ਦੱਸਣਗੇ ਜੀ ਆਪਣੇ ਬਾਰੇ ਉਹਨਾਂ ਨੇ ਕੀ ਸੇਵਾ ਕੀਤੀ ਆ ਜਾਂ ਅਗਰ ਉਹਨਾਂ ਦੀ ਕਮੇਟੀ ਨੂੰ ਦੁਬਾਰਾ ਫਿਰ ਮੌਕਾ ਮਿਲਦਾ ਤੇ ਉਸ ਤੋਂ ਬਾਅਦ ਗੁਰੂ ਘਰ ਦੀਆਂ ਕੀ ਰੂਪਰੇਖਾ ਨੇ ਕੀ ਹੋ ਕਰਨਾ ਚਾਹੁੰਦੇ ਨੇ ਸੋ ਗੱਲ ਕਰਦੇ ਆ ਜੀ ਸਾਡੇ ਨਾਲ ਮਹਿਮਾਨ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹਿਲਾਂ ਗੱਲ ਕਰਾਂਗੇ ਸਰਦਾਰ ਮਹਿੰਦਰ ਸਿੰਘ ਜੀ ਨਿਜਰ ਸਾਹਿਬ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਜਸ ਪੰਜਾਬੀ ਵੱਲੋਂ ਗੁਰੂ ਘਰ ਦੀਆਂ ਇਲੈਕਸ਼ਨਾਂ ਜੋ ਹੋ ਰਹੀਆਂ ਖਾਲਸਾ ਪੰਥ ਸਲੀਟ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਬੇਨਤੀ ਕੀਤੀ ਜਾਂਦੀ ਆ ਸਾਰੀ ਸਮੂਹ ਸੰਗਤ ਨੂੰ ਟੈਰਾਬੀਨਾ ਗੁਰਦੁਆਰਾ ਜਿਹਦੀ 4 ਸਾਲ ਬਾਅਦ ਇਲੈਕਸ਼ਨ ਕੀਤੀ ਜਾਂਦੀ ਆ ਉਹਦੇ ਵਿੱਚ ਖਾਲਸਾ ਸਲੇਟ ਚੁਣੀ ਗਈ ਆ ਜਿਹਦੇ 31 ਮੈਂਬਰ ਆ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਇਹਨਾਂ ਸੂਝਬਾਨ ਜਿਹੜੇ ਮੈਂਬਰ ਚੁਣੇ ਗਏ ਆ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਅਤੇ ਆਪਣਾ ਕੀਮਤੀ ਟਾਈਮ ਕੱਢ ਕੇ VOTING ਪਾਉਣ ਲਈ 15 ਮਈ ਅਤੇ 16 ਮਈ ਦਿਨ ਸ਼ਨੀਵਾਰ ਅਤੇ ਦਿਨ ਐਤਵਾਰ ਗੁਰੂ ਘਰ ਦੇ ਵਿੱਚ ਵੋਟਿੰਗ ਹੋਣੀ ਆ ਇਸ ਲਈ ਸਾਰੇ ਸਹਾਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਵੋਟਿੰਗ ਪਾ ਕੇ ਇਹਨਾਂ ਸੂਝਬਾਨ ਜਿਹੜੇ ਕੈਂਡੀਡੇਟ ਐ ਇਹਨਾਂ ਨੂੰ ਕਾਮਯਾਬ ਕੀਤਾ ਜਾਵੇ ਅਤੇ ਗੁਰੂ ਘਰ ਦੀ ਪ੍ਰਬੰਧ ਵਾਸਤੇ ਸਾਰੇ ਵਾਸਤੇ ਇਹ ਆਪਣਾ ਯੋਗਦਾਰ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਗੱਲ ਕਰਾਂਗੇ ਸਰਦਾਰ ਗੁਰਮੀਤ ਸਿੰਘ ਜੀ ਗਿੱਲ ਸਾਹਿਬ ਗੱਲ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਹੋ ਸੇਵਾ ਕਰਦੇ ਆ ਰਹੇ ਹੋ ਤੇ ਕਿਹੜੇ ਕਿਹੜੇ ਕੰਮ ਗੁਰੂ ਘਰ ਦੇ ਵਿੱਚ ਹੋ ਗਏ ਆ ਤੁਹਾਡੀ ਦੇਖ ਰੇਖੇ ਸਾਰੇ ਸਾਰੇ ਜਿੰਨੇ ਵੀ ਮੈਂਬਰ ਨੇ ਤੇ ਕਿਹੜੇ ਕਿਹੜੇ ਕੰਮ ਅੱਗੇ ਹੋਣ ਦੀ ਸੰਭਾਵਨਾ ਕਰ ਰਹੇ ਆ ਜਾਂ ਸੰਗਤ ਉਮੀਦ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਵੀਰ ਜੀ ਪੁੱਛ ਲਿਆ ਸਵਾਲ ਉਹਦਾ ਆਨਸਰ ਇਹੀ ਆ ਵੀ ਦਾਸ ਤਕਰੀਬਨ 1980 ਤੋਂ ਲੈ ਕੇ ਇਸ ਗੁਰੂ ਘਰ ਦੇ ਸੇਵਾਦਾਰ ਚ ਚੁਣੇ ਗਏ ਆ ਕਈ ਵਾਰ ਜੋ ਅਸੀਂ ਪਿਛਲੀ ਟਰਮ ਦੇ ਵਿੱਚ ਅਸੀਂ ਕਰ ਗਏ ਸੀ 2 ਸਾਲ ਪਹਿਲਾਂ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਸੀ ਉਹ ਸੋਲਰ ਦਾ ਸੋਲਰ ਨੂੰ ਲਵਾ ਕੇ ਤਕਰੀਬਨ ਇੱਥੇ ਗੁਰੂ ਘਰ ਦਾ 10000 ਡਾਲਰ ਬਿੱਲ ਮਹੀਨੇ ਦਾ ਜਿਹੜਾ ਹੁਣ 2500 ਤੇ ਆ ਗਿਆ ਉਸ ਤੋਂ ਬਾਅਦ ਮਾਤਾ ਗੁਜਰੀ ਪਾਰਕ ਜਿਹੜੀ ਹੈ ਉਹਨੂੰ ਰੀਮੇਡਲ ਕਰਕੇ ਸੰਗਤਾਂ ਨੂੰ ਬੇਨਤੀ ਕਰਕੇ ਸਭ ਤੋਂ ਵੱਡਾ ਯੋਗਦਾਨ ਉਹਦੇ ਵਿੱਚ ਲੈਜੈਂਡ ਟਰਾਂਸਪੋਰਟ ਵਾਲੇ ਮੇਰੇ ਵੀਰਾਂ ਦਾ ਹੈ ਉਹਨੇ ਤਕਰੀਬਨ 1 ਲੱਖ 11000 ਡਾਲਰ ਉਸ ਪਾਰਕ ਨੂੰ ਡੋਨੇਸ਼ਨ ਦੇ ਕੇ ਨਵਾਂ ਬਣਾਇਆ ਬਾਕੀ ਸਕੂਲ ਚੱਲ ਰਿਹਾ ਸੀ ਬਹੁਤ ਚੰਗੀ ਤਰ੍ਹਾਂ ਪਹਿਲਾਂ ਹੁਣ ਜਿਹੜਾ ਐਸ ਵਕਤ ਤੋਂ ਸਭ ਕੁਝ ਕੰਮ ਠਾਪਿਆ ਕੋਈ ਸਕੂਲ ਨਹੀਂ ਚੱਲ ਰਿਹਾ ਕੋਈ ਹੋਰ ਨਵੀਆਂ ਐਕਟੀਵਿਟੀ ਨਹੀਂ ਹੋਈਆਂ ਤਕਰੀਬਨ 1 ਸਾਲ ਤੋਂ ਗੁਰਦੁਆਰਾ ਬੰਦ ਹੀ ਰੱਖਿਆ ਗਿਆ ਬਹੁਤ ਸਾਰੇ ਪ੍ਰੋਗਰਾਮ ਇੱਥੇ ਕੈਨਸਲ ਹੋ ਕੇ ਜਿਹੜੇ ਆ ਉਹ ਹੋਰ ਗੁਰੂ ਘਰਾਂ ਚ ਚਲੇ ਗਏ ਸਾਡੀ ਇਹ ਹੀ ਅਸੰਗਤਾਂ ਨੂੰ ਬੇਨਤੀ ਵੱਧ ਵੱਧ ਝੜ ਕੇ ਤੁਸੀਂ ਜੋ ਖਾਲਸਾ ਪੰਥ ਸਲੀਟ ਆ ਉਹਨਾਂ ਵੀਰਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਗੁਰੂ ਘਰ ਨੂੰ ਸਿੱਖੀ ਦੇ ਮਰਜਾਦਾ ਅਨਸਾਰ ਗੁਰੂ ਸਾਹਿਬਾਂ ਨੂੰ ਦੱਸੀ ਹੋਈ ਮਰਜਾਦਾ ਅਨਸਾਰ ਇਸ ਚ ਲਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਨਾਲ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੀਏ ਦਾਸ ਦੀ ਇਹ ਹੀ ਬੇਨਤੀ ਹੈ ਸੇਵਾ ਦਾ ਮੌਕਾ ਦਿਓ ਖਾਲਸਾ ਪੰਥ ਨੂੰ ਆਪ ਸਾਰੇ ਵੀਰਾਂ ਦਾ ਧੰਨਵਾਦ ਜੋ ਟਾਈਮ ਹੈ 15 16 ਤਰੀਕ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ VOTING ਹੋਵੇਗੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਦਾਸ ਦਾ ਟੈਲੀਫੋਨ ਨੰਬਰ 5306813112 ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਟਰਾਂਸਪੋਰਟ ਹੈ ਨਹੀਂ ਜਾਂ ਕੋਈ ਹੋਰ ਸਹੂਲਤ ਚਾਹੀਦੀ ਆ ਉਹ ਸਾਨੂੰ ਕੰਟੈਕਟ ਕਰੋ ਅਸੀਂ ਮੁਹैया ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੁਲਦੀਪ ਸਿੰਘ ਸੋਹਤਾ ਜੀ ਪੂਰੀ ਦੁਨੀਆ ਤੋਂ ਸੰਗਤ ਇਸ ਗੁਰੂ ਘਰ ਨਾਲ ਜੁੜਦੀ ਹੈ ਜੁੜੀ ਹੋਈ ਹੈ ਤੇ ਜਿਹੜੀ ਸੰਗਤ ਦੂਰੋ ਦੂਰੋਂ ਆਉਂਦੀ ਹੈ ਜੀ ਉਹ ਜ਼ਰੂਰ ਜਾਨਣਾ ਚਾਹਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਵਿੱਚ ਹੋਰ ਕੀ ਕੀ ਪ੍ਰੋਜੈਕਟ ਜਾਂ ਕੀ ਕੀ ਗੁਰੂ ਘਰ ਵਾਸਤੇ ਕੀਤਾ ਜਾ ਰਿਹਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਖਾਲਸਾ ਪੰਥ ਸਲੇਟ ਦੇ 31 ਸੇਵਾਦਾਰ ਤੁਹਾਡੀ ਸੇਵਾ ਦੇ ਵਿੱਚ ਖੜੇ ਆ 15 16 ਤਰੀਕ ਨੂੰ ਉਹਨਾਂ ਨੂੰ ਆਪਣਾ ਕੀਮਤੀ ਬੋਟ ਪਾ ਕੇ ਕਾਮਯਾਬ ਬਣਾਓ ਇਹ ਜਿਹੜੇ 31 ਸੇਵਾਦਾਰਾ ਜੀ ਹਰ ਵਕਤ ਚਾਹੇ ਉਹ ਨਗਰ ਕੀਰਤਨ ਦੀ ਮੈਂ ਗੱਲ ਕਰਾਂ ਜਾਂ ਪੰਜਾਬੀ ਸਕੂਲ ਦੀ ਗੱਲ ਕਰਾਂ ਜਾਂ ਹੋਰ ਕੋਈ ਵੀ ਇੱਥੇ ਇਸ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੋਵੇ ਸਫਾਈ ਦਾ ਹੋਵੇ ਉਹਦੇ ਵਿੱਚ ਹਰ ਪਰ ਹਰ ਉਹਦੇ ਵੀ ਹਰ ਬੇਲੇ ਤਿਆਰ ਪਰ ਤਿਆਰ ਰਹਿੰਦੇ ਆ ਇਸ ਕਰਕੇ ਸਾਥੀ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਮੌਕਾ ਦਾ ਸੇਵਾ ਸੇਵਾ ਦਾ ਮੌਕਾ ਦਿਓ ਤਾਂ ਜੋ ਅਸੀਂ ਬਤ ਤੋਂ ਬਦ ਗੁਰੂ ਘਰ ਦੇ ਵਿੱਚ ਸੰਗਤ ਦੀ ਸੇਵਾ ਕਰ ਸਕੀਏ ਬੱਚਿਆਂ ਬਾਅਦ ਤੇ ਪੰਜਾਬੀ ਸਕੂਲ ਜਦੋਂ ਅਸੀਂ ਪਹਿਲਾਂ 2 ਸਾਲ ਲਾਏ ਆ 320 ਬੱਚੇ ਸੀਗੇ ਜਦੋਂ ਸਾਥ ਸੰਗਤ ਜੀ ਕਮੇਟੀ ਚੇਂਜ ਹੋਈ ਜਾਂ ਟੋਟਲ ਸਕੂਲ ਬੰਦ ਹੋ ਗਿਆ ਹੁਣ ਸਕੂਲ ਬਿਲਕੁਲ ਬੰਦ ਪਿਆ ਆ ਅਸੀਂ ਵਾਦਾ ਕਰਦੇ ਹਾਂ ਕਿ ਜਿਹੜਾ ਸਕੂਲ ਹੈਗਾ ਜਦੋਂ ਵੀ ਆਪਾਂ ਚੁਣ ਕੇ ਤੁਸੀਂ ਸਾਨੂੰ ਇਹ ਬੜਾ ਮੌਕਾ ਦਿਓਗੇ ਉਹ ਸਕੂਲ ਨੂੰ ਦੁਬਾਰਾ ਸ਼ੁਰੂ ਕੀਤਾ ਜਾਊਗਾ ਉਸ ਦੇ ਨਾਲ ਹੀ ਹਾਈ ਟੈਕ ਲਾਇਬ੍ਰੇਰੀ ਬੱਚਿਆਂ ਦੇ ਬਾਅਦ ਤੇ ਜਿਹੜੇ ਸਾਡੇ ਬੱਚੇ ਜਾ ਰਿਓ ਹਾਈ ਸਕੂਲ ਵਿੱਚ ਉਹ ਚਾਹੇ ਮਿਡਲ ਸਕੂਲ ਦੇ ਵਿੱਚ ਉਹ ਇੱਕ ਦੋ ਦੋ ਹੈਲਪ ਪਲਾਨ ਵਾਸਤੇ ਕਦੀ ਮੈਕਡੋਨਲਡ ਤੇ ਕਦੀ ਹੋਰ ਕਿਸੇ ਸਟੋਰ ਦੇ ਉੱਤੇ ਜਾ ਕੇ ਬਹਿ ਕੇ ਕਰਦੇ ਆ ਉਹ ਇਸ ਹਿਸਾਬ ਨਾਲ ਹੀ ਤਿਆਰੀ ਬੜਾਵਾਂਗੇ ਕਿ ਜਿਹੜੇ ਬੱਚੇ ਆ ਆਪਣੇ ਬਜ਼ੁਰਗਾਂ ਦੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਉਹ ਇੱਕ ਦੋ ਦੋ ਹੈਲਪ ਲੈ ਸਕਦੇ ਆ ਇਸ ਕਰਕੇ ਸਾਧ ਸੰਗਤ ਜੀ ਮੈਂ ਤੁਹਾਨੂੰ ਬੜੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਜਿਹੜੇ 31 ਸੇਵਾਦਾਰਵਾ ਜਾਂ ਸਾਡੇ ਸਪੋਰਟਰਵਾ ਉਹ ਇਸ ਗੁਰੂ ਘਰ ਨੂੰ ਸਵਾਗਤਤਵਾ ਸਾਨੂੰ ਸੇਵਾ ਦਾ ਮੌਕਾ ਦਿਓ 15 16 ਨੂੰ 9 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਟਾਈਮ ਆ ਵੱਧ ਤੋਂ ਵੱਧ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਜ਼ਿੰਮੇਵਾਰੀ ਸਮਝ ਕੇ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ ਜੀ ਸਰਦਾਰ ਹਰਪਿੰਦ ਸਿੰਘ ਜੀ ਢੇਰੀ ਸਾਹਿਬ ਬਹੁਤ ਵਧੀਆ ਲੱਗਦਾ ਜਦੋਂ ਵੀ ਇਸ ਗੁਰੂ ਘਰ ਦੇ ਵਿੱਚ ਆਉਨੇ ਆਸੀਂ ਚਾਹੇ ਪ੍ਰੋਗਰਾਮ ਲਾਈਵ ਕਰਨਾ ਆਉਣੇ ਚਾਹੇ ਵੈਸੇ ਨਤਮਸਤਕ ਹੁਣ ਆਉਣੇ ਆ ਤੇ ਇਸ ਗੁਰੂ ਘਰ ਦੀ ਜਿਹੜੀ ਮੈਂ ਥੋੜੀ ਹਿਸਟਰੀ ਹੈ ਸਾਡੇ ਦਰਸ਼ਕਾਂ ਵਾਸਤੇ ਜ਼ਰੂਰ ਤੁਹਾਨੂੰ ਪੁੱਛਣੀ ਚਾਹਣਾ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਬੇਨਤੀ ਕਰੋ ਵੋਟਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਜਿਵੇਂ ਆਪ ਜਾਣਦੇ ਹੀ ਹੋ ਕਿ ਇਹ ਗੁਰੂ ਘਰ ਸਾਨੂੰ 1969 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਉਤਸਵ ਦੇ ਸਮੇਂ ਦੇ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਸਾਨੂੰ 1980 ਦੇ ਵਿੱਚ ਪਹਿਲੀ ਵਾਰੀ ਇਸ ਗੁਰੂ ਘਰ ਦੇ ਵਿੱਚ ਜਿਹੜਾ ਕਿ ਅੱਜ ਕੱਲ ਮਹਾਨ ਨਗਰ ਕੀਰਤਨ ਦੇ ਨਾਮ ਨਾਲ ਮਸ਼ਹੂਰ ਹੈ ਉਹ ਨਗਰ ਕੀਰਤਨ ਸ਼ੁਰੂ ਹੋਇਆ ਸੀ ਤੇ ਉਹ ਪਿਛਲੇ 40-45 ਸਾਲਾਂ ਤੋਂ ਨਗਰ ਕੀਰਤਨ ਚੱਲਦਾ ਆ ਰਿਹਾ ਤੇ ਉਸ ਦੇ ਵਿੱਚ ਇਸ ਸਾਲ 2020-2020 ਦੇ ਵਿੱਚ ਕਰੋਨਾ ਕਰਕੇ ਉਹ ਨਗਰ ਕੀਰਤਨ ਨਹੀਂ ਹੋ ਸਕਿਆ ਬਾਕੀ ਇਸ ਗੁਰੂ ਘਰ ਦੇ ਵਿੱਚ ਜਿਵੇਂ ਕਿ ਪਹਿਲਾਂ ਤੁਸੀਂ ਸੁਣ ਚੁੱਕੇ ਹੋ ਕਿ ਬਹੁਤ ਸ਼ਾਨਦਾਰ ਸਕੂਲ ਚੱਲ ਰਿਹਾ ਸੀ ਉਹ ਕੁਝ ਕਾਰਨਾ ਕਰਕੇ ਕੁਝ ਕਮੇਟੀ ਦੇ ਉਲਟਣਾ ਕਰਕੇ ਉਹ ਬੰਦ ਹੋ ਗਿਆ ਹੋਇਆ ਰਿਹਾ ਤੇ ਹੁਣ ਵੀ ਗਾਹਾਂ ਵਾਸਤੇ ਉਹ ਸਕੂਲ ਚਲਾਇਆ ਜਾਵੇਗਾ ਤੇ ਗੁਰੂ ਪਿਆਰੀ ਸਾਧ ਸੰਗਤ ਜਿਵੇਂ ਆਪ ਸੁਣ ਚੁੱਕੇ ਹੋ ਕਿ ਆਉਣ ਵਾਲੇ 15 ਤੇ 16 ਮਈ ਨੂੰ ਸਵੇਰ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਗੁਰਦੁਆਰਾ ਦੇ 31 ਡਾਇਰੈਕਟਰਾਂ ਦੀ ਚੋਣ ਹੋਵੇਗੀ ਤੇ ਅਸੀਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਖਾਲਸਾ ਪੰਥ ਸਲੇਟ ਦੇ 31 ਦੇ 31 ਮੈਂਬਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਇਹ 31 ਦੇ 31 ਮੈਂਬਰ ਹਾਰ ਟਾਈਮ ਸੇਵਾ ਲਈ ਹਾਜ਼ਰ ਹੁੰਦੇ ਹਨ ਚਾਹੇ ਉਹ ਨਗਰ ਕੀਰਤਨ ਦੀ ਸੇਵਾ ਹੋਵੇ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਜਾਂ ਗੁਰੂ ਕਾਜੀ ਸੁਪਾਈ ਦੀ ਸੇਵਾ ਹੋਵੇ ਜਾਂ ਸਕੂਲ ਦੀ ਸੇਵਾ ਹੋਵੇ ਇਹ ਸਾਰੇ ਕੰਮਾਂ ਲਈ ਹਰ ਟਾਈਮ ਤਿਆਰ ਹੁੰਦੇ ਹਨ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਕੱਤੀ ਮੈਂਬਰਾਂ ਨੂੰ 15 ਅਤੇ 16 ਮਈ ਵਾਲੇ ਦਿਨ ਚੰਚਿਰਵਾਰ ਤੇ ਐਤਵਾਰ ਨੂੰ ਸਵੇਰ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਣੇ ਕੀਮਤੀ ਵੋਟ ਪਾ ਕੇ ਕੰਮਜਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮਿੰਦਰ ਸਿੰਘ ਗਰੇਵਾਲ ਜੀ ਚਲੋ ਇਲੈਕਸ਼ਨਾਂ ਇੱਕ ਆਪਣੇ ਆਪ ਦੇ ਵਿੱਚ ਹੈਗਾ ਕੰਮ ਜਿਹੜਾ ਕਿ ਬਣਿਆ ਹੋਇਆ ਸ਼ੁਰੂ ਤੋਂ ਪਰ ਕੀ ਇਹ ਇਲੈਕਸ਼ਨਾਂ ਤੋਂ ਬਚਿਆ ਜਾ ਸਕਦਾ ਕਿਸੇ ਤਰੀਕੇ ਗੁਰੂ ਘਰਾਂ ਦੀਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਛੋਟੇ ਵੀਰ ਨੇ ਬੜਾ ਵਧੀਆ ਸਵਾਲ ਪੁੱਛਿਆ ਪਰ ਸਭ ਤੋਂ ਪਹਿਲਾਂ ਜਿਹੜਾ ਗੁਰੂ ਦੇ ਸਿਧਾਂਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਲੈਕਸ਼ਨ ਦਾ ਮਤਲਬ ਨਹੀਂ ਸੀਗਾ ਇਹ ਸਿਲੈਕਸ਼ਨ ਦਾ ਮਤਲਬ ਸੀ ਪਰ ਜਦੋਂ ਤੱਕ ਜਿਹੜੇ ਅਸੀਂ ਲੋਕ ਇੰਨੇ ਸਵਾਰਥੀ ਹੋ ਗਏ ਕਿ ਅਸੀਂ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਸਾਡੀਆਂ ਸੰਸਥਾਵਾਂ ਦੇ ਉੱਪਰ ਕੰਟਰੋਲ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਮਿਸਯੂਜ਼ ਕਰਨਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਜਦੋਂ ਇਹ ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਆਈ ਜਦੋਂ ਅਸੀਂ ਵਧੀਆ ਬੰਦਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਕੋਲੇ ਕੋਈ ਇਹੋ ਜਿਹਾ ਇਹ ਟੂਲ ਨਹੀਂ ਸੀ ਜਿਹਦੇ ਨਾਲ ਅਸੀਂ ਇਸ ਚੀਜ਼ ਨੂੰ ਪੂਰਾ ਕਰ ਸਕਦੇ ਪਰ ਫਿਰ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਤਾਂ ਆ ਕੇ ਸਾਨੂੰ ਆਪਣੀਆਂ ਕਾਰਪੋਰੇਸ਼ਨਾਂ ਬਣਾਉਣੀਆਂ ਪਈਆਂ ਭਾਵੇਂ ਉਹ ਟੈਕਸ ਕਰਕੇ ਸਾਨੂੰ ਬਣਾਉਣੀਆਂ ਪੈਂਦੀਆਂ ਪਰ ਉਹਦੇ ਵਿੱਚ ਇਹ ਜਿਹੜਾ ਇੱਕ ਆਪਸ਼ਨ ਸੀਗਾ ਇਲੈਕਸ਼ਨ ਦਾ ਐਟ ਲੀਸਟ ਜਿਹੜੇ ਜਦੋਂ ਵੀ ਕੋਈ ਬੰਦਾ ਸਿਲੈਕਸ਼ਨ ਦੇ ਵਿੱਚ ਸਾਹਮਣੇ ਖੜ ਕੇ ਕਿਸੇ ਨੂੰ ਇਹ ਕਹਿੰਦਾ ਸੀ ਵੀ ਤੂੰ ਗਲਤ ਆ ਤਾਂ ਉਹਦੇ ਨਾਲ ਉਹ ਦੁਸ਼ਮਣੀ ਹੁੰਦੀ ਸੀ ਵੀ ਉਹਦੇ ਚ ਇੱਕ ਇਹ ਚੀਜ਼ ਨਿਕਲ ਆਈ ਵੀ ਹਾਂ ਜੇ ਅਸੀਂ ਇਲੈਕਸ਼ਨ ਕਰਕੇ ਚੁੱਪ ਅਗਲੇ ਤੋਂ ਚੋਰੀ ਅਸੀਂ ਆਪਦੀ ਰਾਇ ਦੱਸ ਸਕੀਏ ਤੇ ਉਹ ਰਾਇ ਉਸ ਬੰਦਿਆਂ ਤੱਕ ਪਹੁੰਚ ਜਾਵੇ ਤੇ ਸਾਡੇ ਵਧੀਆ ਬੰਦੇ ਚੁਣੇ ਜਾਣ ਪਰ ਅੱਜ ਦੀ ਉਸ ਦੇ ਵਿੱਚ ਇਹ ਗੱਲ ਪੋਸੀਬਲੀ ਹੈ ਨਹੀਂ ਕਿ ਅਸੀਂ ਇਲੈਕਸ਼ਨ ਤੋਂ ਬਿਨਾ ਇਹ ਜਿਹੜੀਆਂ ਕਮੇਟੀਆਂ ਨੇ ਜਾਂ ਪ੍ਰਬੰਧਕ ਨੇ ਚੁਣ ਸਕੀਏ ਤੇ ਉਹਦੇ ਨਾਲ ਇੱਕ ਚੀਜ਼ ਹੋਰ ਵੀ ਹੈ ਵੀ ਜਿਹੜਾ ਵੀ ਇੱਕ ਇੱਕ ਔਨੈਸਟ ਇਲੈਕਸ਼ਨ ਜ਼ਰੂਰ ਹੋ ਸਕਦੀ ਹੈ ਵੀ ਉਸ ਦੇ ਲਈ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਗੁਰੂ ਘਰ ਦੇ ਨਾਲ ਜਿੰਨੀ ਸਾਡੀ ਸ਼ਰਧਾ ਉਸੇ ਉਨੀ ਇਮਾਨਦਾਰੀ ਦੇ ਨਾਲ ਅਸੀਂ ਪ੍ਰਬੰਧਕਾਂ ਨੂੰ ਵੋਟਾਂ ਪਾ ਕੇ ਇਲੈਕਸ਼ਨ ਚੁਣ ਕਰੀਏ ਜੀ ਗਰਵਾਲ ਸਾਹਿਬ ਜਿਵੇਂ तकरीबन ਜਿੰਨੇ ਹੁਣ ਆਪਣੇ ਨਾਲ ਖੜੇ ਨੇ ਸਾਰੇ ਗੁਰੂ ਘਰ ਦੇ ਨਾਲ ਪੁਰਾਣੇ ਜੁੜੇ ਹੋਏ ਨੇ ਪੁਰਾਣੇ ਸੇਵਾਦਾਰ ਨੇ ਸ਼ੁਰੂ ਤੋਂ ਸੇਵਾ ਕਰਦੇ ਆ ਰਹੇ ਨੇ ਫਿਰ ਵੀ ਅਸੀਂ ਹੁਣ ਅੱਗੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਪੰਥਕ ਸਲੇਟ ਦੇ ਕੀ ਏਜੰਡੇ ਹੋ ਸਕਦੇ ਆ ਸਾਡੇ ਸਿੱਖੀ ਦੇ ਪ੍ਰਚਾਰ ਨੂੰ ਹੋਰ ਅੱਗੇ ਵਧਾਉਣ ਵਾਸਤੇ ਜਾਂ ਹੋਰ ਕੀ ਕੀ ਪੰਥਕ ਸਲੇਟ ਕਰੇਗੀ ਜਿਹੜੀ ਖਾਲਸਾ ਪੰਥ ਸਲੇਟ ਦਾ ਜਿਹੜਾ ਮਨੋਰਥ ਹੈ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇਹ 31 ਬੰਦੇ ਨੇ ਇਹਨਾਂ ਦੇ ਵਿੱਚ ਹਰੇਕ ਬੰਦੇ ਚ ਆਪਦੀ ਆਪਦੀ ਇੱਕ ਸਪੈਸ਼ਲਿਟੀ ਆ ਕੋਈ ਬੰਦਾ ਧਰਮ ਦੇ ਵਿੱਚ ਬਹੁਤ ਪਰਪੱਕਾ ਕੋਈ ਮਰਿਆਦਾ ਨਿਭਾਉਣ ਚ ਬਹੁਤ ਪਰਪੱਕਾ ਕੋਈ ਐਜੂਕੇਸ਼ਨ ਦੇ ਵਿੱਚ ਪਰਪੱਕਾ ਤੇ ਕੋਈ ਬੰਦਾ ਕਿਸੇ ਹੋਰ ਫੀਲਡ ਦੇ ਵਿੱਚ ਪ੍ਰੋਫੈਸ਼ਨਲ ਆ ਮੈਂ ਆਪਣੀ ਗੱਲ ਕਰਾਂ ਮੈਂ ਇੱਥੇ 1996 ਦੇ ਵਿੱਚ ਆਇਆ ਸੀ ਤੇ 1997 ਦੇ ਵਿੱਚ ਇਸ ਗੁਰੂ ਘਰ ਦਾ ਡਾਇਰੈਕਟਰ ਬਣਿਆ ਸੀ ਉਦੋਂ ਤੋਂ ਲੈ ਕੇ 1907 ਦੇ ਵਿੱਚ ਵੀ ਇਦਾਂ ਹੀ ਸਕੂਲ ਬੰਦ ਸੀ 2007 2007 ਦੇ ਵਿੱਚ ਵੀ ਸਕੂਲ ਬੰਦ ਸੀ ਤੇ ਉਹ ਸਕੂਲ ਨੂੰ ਸ਼ੁਰੂ ਕੀਤਾ ਉਸ ਤੋਂ ਬਾਅਦ ਉਸ ਸਕੂਲ ਦੇ ਵਿੱਚ ਇਹਨਾਂ ਦੀ ਹਾਈ ਸਕੂਲ ਦੀ ਸਥਾਪਨਾ ਕੀਤੀ ਉਹਨਾਂ ਦੇ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦੇ ਟੈਸਟ ਸੀਗੇ ਉਹਨਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਫਿਰ ਗੁਰਮਤ ਕੈਂਪ ਲਾਉਣੇ ਸ਼ੁਰੂ ਕੀਤੇ ਤੇ ਉਹ ਗੁਰਮਤ ਕੈਂਪ ਤੋਂ ਬਾਅਦ ਅਸੀਂ ਸੈਮੀਨਾਰ ਸ਼ੁਰੂ ਕੀਤੇ ਅੱਜ ਸਾਡਾ ਜਿਹੜਾ ਸੈਮੀਨਾਰ ਉਹ ਇੰਟਰਨੈਸ਼ਨਲ ਲੈਵਲ ਤੱਕ ਉਹ ਸੈਮੀਨਾਰ ਪਹੁੰਚ ਗਿਆ ਸੋ ਇਸ ਤਰ੍ਹਾਂ ਦੇ ਸਾਡੇ ਹਰੇਕ ਹੀ ਬੰਦੇ ਕੋਲੇ ਕੋਈ ਨਾ ਕੋਈ ਸਪੈਸ਼ਲਿਟੀ ਹੈਗੀ ਆ ਜੀ ਮਿਹਰਬਾਨੀ ਜੀ ਜੀ ਸੁਖਿੰਦਰ ਸਿੰਘ ਜੀ ਤੁਸੀਂ ਵੀ ਜ਼ਰੂਰ ਬੇਨਤੀ ਕਰੋ ਜੀ ਸੰਗਤ ਨੂੰ ਇਹ ਆਪਣੀ ਸਲੀਟ ਵਾਸਤੇ ਤੇ ਨਾਲ-ਨਾਲ ਹੋਰ ਕੀ ਖਾਸ ਕਰ ਸਕਦੀ ਹੈ ਖਾਲਸਾ ਪੰਥ ਸਲੀਟ ਜਿਹੜੀ ਹੈ ਇਹਦੇ ਬਾਰੇ ਵੀ ਦੱਸੋ ਸਭ ਤੋਂ ਪਹਿਲਾਂ ਜੀ ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ ਪੰਜਾਬੀ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡੀ ਇਹ ਜੋ ਇਲੈਕਸ਼ਨ ਦੀ ਕੈਂਪੇਨ ਹੈ ਉਸ ਨੂੰ ਕਵਰੇਜ ਕਰਨ ਲਈ ਤੇ ਸਾਡੀ ਸਲੀਟ ਦੇ ਲਈ ਪ੍ਰਚਾਰ ਕਰਨ ਦੇ ਲਈ ਸਾਡੀ ਮਦਦ ਕਰ ਰਹੇ ਆ ਇਨਾਂ ਨੇ ਕੁਐਸਚਨ ਕੀਤਾ ਹੈ ਵੀ ਅਸੀਂ ਅੱਗੇ ਕੀ ਕਰ ਸਕਦੇ ਹਾਂ ਗੁਰੂ ਘਰ ਦੇ ਵਿੱਚ ਮੈਂ ਥੋੜਾ ਜਿਹਾ ਆਪ ਜੀ ਨੂੰ ਪਿੱਛੇ ਲੈ ਕੇ ਜਾਣਾ ਚਾਹੁੰਦਾ ਜਿਵੇਂ ਕਿ ਜਦੋਂ ਸਭ ਤੋਂ ਪਹਿਲਾਂ ਇਲੈਕਸ਼ਨ ਨਹੀਂ ਸੀ ਹੁੰਦੀ ਸਿ ਇਲੈਕਸ਼ਨ ਹੁੰਦੀ ਸੀਗੀ ਪਰ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਕੰਮਾਂ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਜੋ ਇਲੈਕਸ਼ਨ ਸੀਗੀ ਉਹ ਸਾਡੇ ਸਾਰੀ ਸੰਗਤ ਦੇ ਸਾਹਮਣੇ ਆਈ 2008 ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਤੋਂ ਬਾਅਦ ਇਲੈਕਸ਼ਨ ਸਿਰਫ 1 ਸਾਲ ਦੀ ਸੀ ਪਰ ਕੁਝ ਜਿਹੜੇ ਸਵਾਰਥੀ ਲੋਕ ਸਗੇ ਉਹਨਾਂ ਨੇ ਆਪਣੀ ਹੌਮੇ ਨੂੰ ਪੱਠੇ ਪਾਉਣ ਦੇ ਲਈ ਜਾਂ ਕਹੋ ਹੌਮੇ ਨੂੰ ਪਗਾਉਣ ਦੇ ਲਈ ਈਗੋ ਵਸ ਹੋ ਕੇ ਉਹਨਾਂ ਨੇ ਕਈ ਸਾਲ ਇਲੈਕਸ਼ਨ ਨਹੀਂ ਹੋਣ ਦਿੱਤੀ ਬੜੀ ਜੱਦੋਜਹ ਦੇਬਾਦ 2016 ਦੇ ਵਿੱਚ ਫਿਰ ਇਲੈਕਸ਼ਨ ਕਰਵਾਈ ਗਈ ਇਲੈਕਸ਼ਨ ਕਰਾਉਣ ਤੋਂ ਬਾਅਦ ਜੋ ਸਗੇ ਸਾਡੀ ਕਮੇਟੀ ਹੋਂਦ ਵਿੱਚ ਆਈ ਪਰ ਕੁਝ ਕਾਰਨਾ ਕਰਕੇ ਸਾਡੀ ਜਿਹੜੀ ਕਮੇਟੀ ਸੀਗੇ ਤੇ ਇਤਰਾ ਬੰਦਿਆਂ ਦੀ ਤੇ ਇਤਰਾ ਜੋ ਸੇਵਾਦਾਰ ਸੇ ਇਕੱਠੇ ਨਹੀਂ ਰਹਿ ਸਕੇ ਉਹਦੇ ਚੱਲਦਿਆਂ 4 ਸਾਲ ਦੀ ਇਲੈਕਸ਼ਨ ਸੀਗੀ ਇਸ ਜੋ ਸਾਡੀ ਸਲੇਟ ਹੈ ਖਾਲਸਾ ਪੰਥ ਸਲੇਟ ਆ ਸਾਨੂੰ 2 ਸਾਲ ਮਿਲੇ ਸਕੇ ਇਸ ਗੁਰੂ ਘਰ ਦਾ ਪ੍ਰਬੰਧ ਚਲਾਣ ਦੇ 2 ਸਾਲਾਂ ਦੇ ਵਿੱਚ ਜਿਵੇਂ ਆਪ ਹੋਰ ਵੀ ਸੇਵਾਦਾਰਾਂ ਕੋਲ ਸੁਣ ਚੁੱਕੇ ਹੋ ਕਿ ਅਸੀਂ ਮਾਤਾ ਗੁਜਰੀ ਪਾਰਕ ਜੋ ਸੀਗਾ ਉਹਦੇ ਪੈਰਾ ਵਿੱਚ ਖੰਡਾ ਬਣਾਇਆ ਹੋਇਆ ਸੀਗਾ ਅਸੀਂ ਉਸ ਨੂੰ ਖੰਡੇ ਨੂੰ ਰਿਮੂਵ ਕਰਕੇ ਤੇ ਗੁਰੂ ਮਾਤਾ ਗੁਜਰੀ ਪਾਰਕ ਜੋ ਹੈ ਉਸ ਨੂੰ ਵਧੀਆ ਤਰੀਕੇ ਦੇ ਨਾਲ ਫਿਰ ਦੁਬਾਰਾ ਬਣਵਾਇਆ ਉਸ ਦੇ ਨਾਲ ਹੀ ਜੋ ਸੋਲਰ ਹੈ ਉਸ ਨੂੰ ਬਣਵਾਇਆ ਤੇ ਬਾਕੀ ਜੋ ਗੁਰੂ ਘਰ ਦੇ ਵਿੱਚ ਬਾਹਰ ਦੀ ਰਹਿائش ਸੀਗੀ ਉਹ ਬਿਲਕੁਲ ਥ੍ਰੈਸ਼ ਹੋ ਚੁੱਕੀ ਸੀਗੀ ਉਹ ਰਹਿਣ ਯੋਗ ਹੋ ਉਸ ਦਾ ਮਕਾਨ ਇਸ ਦਾ ਉਸ ਦੀ ਰਿਪੇਅਰ ਕਰਾਈ ਗਈ ਹੋਰ ਵੀ ਬਹੁਤ ਸਾਰੇ ਕੰਮ ਕਰਵਾਏ ਆ ਤੇ ਜਦੋਂ ਸਾਡੀ ਕਮੇਟੀ ਚੇਂਜ ਹੋਈ ਆ 2019 ਦੇ ਵਿੱਚ ਉਦੋਂ ਅਸੀਂ ਇੰਨੇ ਕੰਮ ਕਰਾਣ ਦੇ ਬਾਵਜੂਦ ਵੀ ਆਲਮੋਸਟ 5 ਲੱਖ ਡਾਲਰ ਜਿਹੜਾ ਸੀਗਾ ਗੁਰੂ ਘਰ ਦੇ ਅਕਾਊਂਟ ਵਿੱਚ ਛੱਡ ਕੇ ਗਏ ਸੀਗੇ ਜੋ ਕਿ ਅੱਜ ਘਟ ਕੇ ਮੈਨੂੰ ਨਹੀਂ ਲੱਗਦਾ ਕਿ 1.5-2 ਲੱਖ ਰਹਿ ਗਿਆ ਹੋਗਾ ਬਾਕੀ ਜੋ ਸਕੂਲ ਦੀ ਗੱਲ ਚੱਲ ਰਹੀਆ ਸਕੂਲ ਵੀ ਬਿਲਕੁਲ ਬੰਦ ਹੈ ਸੋ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ ਜੋ ਗੁਰਮਤ ਕੈਂਪ ਆ ਉਹ ਲਗਵਾਵਾਂਗੇ ਵਧੀਆ ਰਾਗੀ ਢਾਡੀ ਜਥੇ ਕਥਾ ਵਾਚਕ ਜਿਹੜੇ ਆ ਉਹਨਾਂ ਨੂੰ ਲਿਆਵਾਂਗੇ ਅਸੀਂ ਤਾਂ ਕਿ ਇਸ ਗੁਰੂ ਘਰ ਦਾ ਜੋ ਜੋ ਜੂਬਾ ਸਟਰ ਦੀਆਂ ਸੰਗਤਾਂ ਹਨ ਉਹ ਲਾਹਾ ਲੈ ਸਕਣ ਹੋਰ ਵੀ ਜੋ ਵੀ ਸੰਗਤਾਂ ਜੂਬਾ ਸਟਰ ਦੀਆਂ ਸੰਗਤਾਂ ਦੇ ਸਾਨੂੰ ਹੁਕਮ ਹੋਣਗੇ ਜਾਂ ਉਹਨਾਂ ਦਾ ਸਾਨੂੰ ਕੋਈ ਸੁਝਾਅ ਹੋਊਗਾ ਉਹ ਸਿਰ ਮੱਥੇ ਪਰਵਾਨ ਕਰਕੇ ਅਸੀਂ ਉਹਨਾਂ ਦੇ ਨਾਲ ਜੋ ਵਾਅਦੇ ਅਸੀਂ ਕਰ ਰਹੇ ਹਾਂ ਜਾਂ ਉਹਨਾਂ ਦੀ ਕੋਈ ਵੀ ਡਿਮਾਂਡ ਹੋਊਗੀ ਜਾਂ ਉਹਨਾਂ ਦਾ ਸੁਝਾਅ ਹੋਊਗਾ ਅਸੀਂ ਪੂਰੇ ਕਰਾਂਗੇ ਸੋ ਇੱਕ ਵਾਰ ਫੇਰ ਆਪ ਸਾਰੇ ਸਾਥ ਸੰਗਤ ਨੂੰ ਜੋ ਆਉਣ ਵਾਲੇ ਵੀਕਐਂਡ ਦੇ ਉੱਤੇ ਸੈਚਰਡੇ ਸੰਡੇ ਮਈ 15 ਤੇ 16 ਤਰੀਕ ਨੂੰ ਸਵੇਰੇ 9 ਵਜੇ ਤੋਂ 7 ਵਜੇ ਤੱਕ ਰੋਜ਼ਾਨਾ ਦੋਨੋਂ ਦਿਨ VOTING ਹੋਣੀ ਹੈ ਆਪ ਜੀ ਨੂੰ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕੇ ਖਾਲਸਾ ਪੰਥ ਸਲੇਟ ਨੂੰ ਆਪ ਸਾਰੇ ਹੋਮ ਹਮਾ ਕੇ ਆ ਕੇ ਕਾਮਯਾਬ ਕਰੋ ਵੋਟਾਂ ਪਾਓ ਤਾਂ ਕਿ ਅਗਰ ਇੱਕ ਸਾਡੀ ਜੋ ਖਾਲਸਾ ਪੰਥ ਸਲੇਟ ਹੈ ਦੁਆਰਾ ਮੈਨੇਜਮੈਂਟ ਆਉਂਦੀ ਹੈ ਤੇ ਅਸੀਂ ਵਾਦਾ ਕਰਦੇ ਆਂ ਕਿ ਅਸੀਂ ਤਨੋਂ ਮਨੋਂ ਤੁਹਾਨੂੰ ਇਸ ਗੁਰੂ ਘਰ ਦੀ ਤੇ ਸੰਗਤ ਦੀ ਸੇਵਾ ਕਰਾਂਗੇ ਇਸ ਦੇ ਨਾਲ ਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਰਦਾਰ ਬਹਾਦਰ ਸਿੰਘ ਜੀ ਤੁਸੀਂ ਵੀ ਜ਼ਰੂਰ ਸੰਗਤ ਨੂੰ ਬੇਨਤੀ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿੱਦਾਂ ਆਪ ਸਮੂਹ ਸੰਗਤਾਂ ਜਾਣਦੇ ਹੋ ਚੂਬਾ ਸਿਟੀ ਗੁਰਦੁਆਰਾ ਟੇਰਾਵਨਾ ਇਲੈਕਸ਼ਨ ਹੋਣ ਜਾ ਰਹੇ ਹਨ ਖਾਲਸਾ ਪੰਥ ਸਲੇਟ ਤੁਹਾਡੀ ਆਪਣੀ ਸਲੇਟ ਹੈ ਇਸ ਨੂੰ ਵੋਟਾਂ ਪਾ ਕੇ ਆਪ ਕਾਮਯਾਬ ਕਰੋ ਤਾਂ ਜੋ ਜੋ ਗੁਰੂ ਘਰਾਂ ਦੇ ਮਨੋਰਥ ਹਨ ਉਹ ਇਥੋਂ ਪੂਰੇ ਹੋ ਸਕਣ ਆਪ ਸੰਗਤਾਂ ਆਸ ਰੱਖਦੇ ਹੋ ਵੀ ਗੁਰੂ ਘਰ ਦੇ ਕਾਰਜ ਜੋ ਸਹੀ ਢੰਗ ਨਾਲ ਹੋ ਸਕਣ ਤੇ ਇਸ ਲਈ ਚੰਗੇ ਚਿਹਰੇ ਲਿਆਉਣ ਦੀ ਚੰਗੀ ਸੋਚ ਨੂੰ ਲਿਆਉਣ ਦੇ ਲਈ ਬੜੀ ਲੋੜ ਹੈ ਉਹ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਪੂਰਾ ਹੋ ਸਕੇਗਾ ਤਾਂ ਜੋ ਆਪ ਭਵਿੱਖ ਦੇ ਵਿੱਚ ਆਪ ਜੀ ਦੇ ਬੱਚੇ ਜੋ ਚੰਗੇ ਸਿਹਤ ਲੈ ਕੇ ਚੰਗੇ ਘਰ ਸਿੱਖ ਸੱਜ ਸਕਣ ਇਸ ਲਈ ਆਪ ਜੀ ਦੇ ਚਰਨਾਂ ਵਿੱਚ ਸਨਮਰ ਬੇਨਤੀ ਹੈ ਆਪ ਜੀ ਇਸ ਖਾਲਸਾ ਪੰਥ ਸਲੈਟ ਨੂੰ ਵੋਟਾਂ ਪਾ ਕੇ ਕੰਮਜਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਮਨ ਸਿੰਘ ਸੰਧੂ ਸਾਹਿਬ ਤੁਸੀਂ ਵੀ ਸੰਗਤਾਂ ਨੂੰ ਕਰੋ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦੀਪ ਸਿੰਘ ਸੰਧੂ ਮੈਂ ਕਾਫੀ ਸਾਲ ਤੋਂ 1995 ਤੋਂ ਗੁਰੂ ਘਰ ਦੇ ਨਾਲ ਜੁੜਿਆ ਹਾਂ ਜਦੋਂ ਤੋਂ ਇੰਡੀਆ ਤੋਂ ਆਇਆ ਉਦੋਂ ਤੋਂ ਹੀ ਇੱਥੇ ਸੇਵਾ ਕਰ ਰਿਹਾ ਹਾਂ ਤੇ ਇਸ ਵੇਲੇ ਖਾਲਸਾ ਪੰਥ ਦੀ ਸਲੀਟ ਦੇ ਉਮੀਦਵਾਰਾਂ ਨੂੰ ਸਾਰਿਆਂ ਨੂੰ ਤੁਸੀਂ ਜਿਤਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵਧੀਆ ਸੰਗਤ ਦੀ ਸੇਵਾ ਹੋ ਸਕੇ ਤੇ ਮੈਂ ਇਹੀ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਅਸੀਂ ਗੱਲ ਕਰਾਂਗੇ ਸਰਦਾਰ ਗੁਰਨਾਮ ਸਿੰਘ ਪੰਮਾ ਸਾਹਿਬ ਜੋ ਕਿ ਮੇਰੇ ਖਿਆਲ ਜਦੋਂ ਗੁਰੂ ਘਰ ਸ਼ੁਰੂ ਹੋਇਆ ਉਦੋਂ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਨੇ ਔਰ ਖਾਲਸਾ ਪੰਥ ਸਪਲੀਟ ਵਾਟੋ ਇਹ ਵੀ ਬੇਨਤੀ ਕਰਨਗੇ ਜੀ ਤੇ ਕੀ ਕਹਿਣਾ ਚਾਹੁੰਦੇ ਜੀ ਪੰਮਾ ਜੀ ਤੁਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਲ 1971 ਵਿੱਚ ਜਨਵਰੀ ਪਹਿਲੀ ਨੂੰ ਐਸ ਜੂਬਾ ਹਟੀ ਇਲਾਕੇ ਵਿੱਚ ਆਇਆ ਸੀ ਉਦੋਂ ਇਹ ਗੁਰੂ ਘਰ ਹੋਂਦ ਵਿੱਚ ਆ ਚੁੱਕਾ ਸੀ ਬਾਹਰ ਆਪਾਰ ਕੰਬਗਾਰਾ ਨਹੀਂ ਸੀ ਹਲੇ ਬਣੀਆ ਤੇ ਮੇਰਾ ਸਿਰ ਝੁਕਦਾ ਉਹਨਾਂ ਸੂਰਬੀਰਾ ਜਿਹੜੇ ਬਜ਼ੁਰਗ ਸਾਡੇ ਸਿਗੇ ਜਿਨ੍ਹਾਂ ਨੇ ਬਹੁਤ ਕੁਰਬਾਨੀ ਕਰਕੇ ਇਸ ਗੁਰੂ ਘਰ ਨੂੰ ਹੋਂਦ ਵਿੱਚ ਲਿਆਂਦਾ ਇਸ ਗੁਰੂ ਘਰ ਵਿੱਚ ਬਹੁਤ ਵੱਡੇ ਵੱਡੇ ਕੰਮ ਹੋਏ ਉਹਨਾਂ ਦੀ ਮਿਹਨਤ ਦਾ ਸਦਕਾ ਉਸ ਵੇਲੇ ਸਿਰਫ ਗੁਰੂ ਘਰ ਦੀ ਜ਼ਮੀਨ 3 ਏਕੜ ਸੀਗੀ ਐਸ ਵੇਲੇ ਤਕਰੀਬਨ 3 ਏਕੜ ਪਹਿਲੇ 2 ਏਕੜ ਫਿਰ ਬਾਅਦ ਚ ਲਾਏ 11 ਏਕੜਾ ਲਏ 22 ਏਕੜ ਉਹ ਸਾਊਥ ਵਾਲੇ ਪਾਸੇ ਤੇ ਲਾਏ ਸੋ ਐਸ ਵੇਲੇ ਤੁਸੀਂ ਐਡ ਕਰ ਸਕਦੇ ਹੋ ਤਕਰੀਬਨ 30 35 ਏਕੜ ਜ਼ਮੀਨ ਗੁਰੂ ਘਰ ਦੀ ਆ ਉਹਨਾਂ ਦੀ ਮਿਹਨਤ ਦਾ ਸਦਕਾ ਸਮਾਂ ਆਉਣ ਤੇ ਮੈਂ ਤਕਰੀਬਨ 1975 ਵਿੱਚ ਪਹਿਲੀ ਵਾਰ ਗੁਰੂ ਘਰ ਦਾ ਡਾਇਰੈਕਟਰ ਬਣਿਆ ਤਾਂ 1998 ਤੱਕ ਤੇ ਉਹ ਤੋਂ ਬਾਅਦ ਵੀ ਤਕਰੀਬਨ 1907 ਤੱਕ ਇਸ ਗੁਰੂ ਘਰ ਦਾ ਡਾਇਰੈਕਟਰ ਰਿਹਾ ਤਕਰੀਬਨ 3 ਸਾਲ ਮੈਂ ਇਸ ਗੁਰੂ ਘਰ ਦਾ ਸਟੇਟ ਸਕੱਤਰ ਰਿਹਾ ਸੋ ਆਪ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਤੇ ਹਮੇਸ਼ਾ ਇਸ ਗੁਰੂ ਘਰ ਨੂੰ ਚੜ੍ਹਦੀ ਕਲਾ ਵਿੱਚ ਲਜਾਨ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ ਜੋ ਪਹਿਲੇ ਬਜ਼ੁਰਗ ਸੀ ਜਿਨ੍ਹਾਂ ਨੇ ਗੁਰੂ ਘਰ ਬੜਾਇਆ ਉਹਨਾਂ ਦੇ ਵਿੱਚੋਂ ਹੱਲੇ ਸਿਰਫ ਸਰਦਾਰ ਦਦਾਰ ਸਿੰਘ ਬੈਂਸ ਬਚਦੇ ਆ ਸਾਡੇ ਪਾਸ ਹਾਜ਼ਰ ਹਨ ਉਹਨਾਂ ਦੀ ਬੜੀ ਮਿਹਨਤ ਸੀ ਉਹਨਾਂ ਨੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਰੱਖ ਕੇ ਤੇ ਇਸ ਗੁਰੂ ਘਰ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਖੜਿਆ ਬਹੁਤ ਮਿਹਨਤ ਕੀਤੀ ਸਾਨੂੰ 1908 ਤੱਕ ਕਦੀ ਗੁਰੂ ਘਰ ਦੀ ਕੋਈ ਇਲੈਕਸ਼ਨ ਨਹੀਂ ਹੋਈ ਸੀ ਸਿਲੈਕਸ਼ਨ 2008 ਤੱਕ ਸਨ 2008 ਵਿੱਚ ਪਹਿਲੀ ਵਾਰ ਗੁਰੂ ਘਰ ਦੀ ਇਲੈਕਸ਼ਨ ਹੋਈ ਉਹ ਤੋਂ ਪਹਿਲਾਂ ਸਿਲੈਕਸ਼ਨ ਹੋਇਆ ਕਰਦੀ ਸੀ ਤੇ ਮੈਂਤਾ ਕਰਕੇ ਪ੍ਰਧਾਨ ਬਣਾਉਣਾ ਮੈਂਤਾ ਕਰਕੇ ਸੈਕਟਰੀ ਬਣਾਉਣਾ ਮੈਂਤਾ ਕਰਕੇ ਖਜ਼ਾਨਚੀ ਬਣਾਉਣਾ ਸਮਾਜ ਦੇ ਪੱਖ ਬਦਲਦਾ ਤਾਂ ਕੋਈ ਨਾ ਕੋਈ ਤਬਦੀਲੀਆਂ ਜ਼ਰੂਰ ਆਉਂਦੀਆਂ ਤੇ ਆਪ ਸੁਣ ਚੁੱਕੇ ਆ ਮੇਰੇ ਵੀਰਾਂ ਤੋਂ 2008 ਤੋਂ ਲੈ ਕੇ 2016 ਤੱਕ ਇਸ ਗੁਰੂ ਘਰ ਨੂੰ ਜੋ ਗੁਰੂ ਘਰ ਦਾ ਫੰਡ ਸੀਗਾ ਉਹਨੂੰ ਡਿਸਟਰੋਏ ਕੀਤਾ ਗਿਆ ਬਾਸ਼ ਐਨ ਬਾਸ਼ ਕਰ ਦਿੱਤਾ ਅਤੇ ਫਿਰ ਸੰਗਤਾਂ ਨੇ ਉਦਮ ਉਪਰਾਲਾ ਕੀਤਾ ਤੇ 2016 ਵਿੱਚ ਦੁਬਾਰਾ ਇਲੈਕਸ਼ਨ ਹੋਈ ਇਹ ਵੀ ਤੁਸੀਂ ਸੁਣ ਚੁੱਕੇ ਆ 2 ਸਾਲ ਸਾਡੇ ਜੋ ਪੰਥਕ ਸਲੈਟ ਦੇ ਮੈਂਬਰ ਆ ਉਹਨਾਂ ਨੇ ਗੁਰੂ ਘਰ ਨੂੰ ਚਲਾਇਆ ਤੇ ਬੜੀ ਚੜ੍ਹਦੀ ਕਲਾ ਵਿੱਚ ਖੜਿਆ ਤੇ 2014 2000 ਪਿਛਲੇ 2 ਸਾਲ ਜਿਹੜੇ ਸੀਗੇ ਉਹਦੇ ਵਿੱਚ ਕਮੇਟੀ ਬਦਲ ਗਈ ਕਮੇਟੀ ਬਦਲਨ ਕਰਕੇ ਆਪ ਸੁਣ ਚੁੱਕੇ ਹੋ ਤਕਰੀਬ ਪਿਛਲੇ 8 ਮਹੀਨੇ ਗੁਰੂ ਘਰ ਬੰਦ ਰਿਹਾ ਤੇ ਜਿਹੜਾ ਡੇਢ ਸਾਲ ਰਿਹਾ ਉਹ ਵੀ ਖਿੱਚਾ ਖਚੀ ਸਾਰੇ ਸਾਰੇ ਕੰਮ ਜੋ ਗੁਰੂ ਘਰ ਵਿੱਚ ਹੋਣੇ ਚਾਹੀਦੇ ਸੀ ਉਹ ਨਹੀਂ ਹੋ ਸਕੇ ਮੈਂ ਸੰਗਤਾਂ ਦੇ ਚਾਰ ਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਜੋ ਤੁਸੀਂ ਐਸਪੈਕਟ ਕਰਦੇ ਆ ਅਸੀਂ ਆਪਣੇ ਤੰਦ ਹੀ ਨਾਲ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਅੱਗੇ ਵੀ ਬੇਨਤੀ ਕੀਤੀ ਦੁਬਾਰਾ ਬੇਨਤੀ ਕਰਦਾ ਇਨਸਾਨ ਭੁੱਲਣ ਹਾਰ ਹੈ ਸਿਰਫ ਇੱਕ ਅਕਾਲ ਪੁਰਖ ਆ ਜਿਹੜਾ ਗਲਤੀ ਨਹੀਂ ਕਰਦਾ ਇਨਸਾਨ ਸਾਰੀ ਦਿਹਾੜੀ ਵਿੱਚ ਹਜ਼ਾਰਾਂ ਗਲਤੀਆਂ ਕਰਦਾ ਪਰ ਉਹ ਇਨਸਾਨ ਹੈ ਜੋ ਗਲਤੀ ਕਰਕੇ ਮੰਨ ਲੈਂਦਾ ਜੇ ਸਾਡੀ ਕੋਈ ਵੀ ਗਲਤੀ ਹੋਵੇ ਉਹ ਸਾਡੀ ਝੋਲੀ ਵਿੱਚ ਪਾਓ ਪਰ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਹਾਡੀਆਂ ਆਸਾਂ ਉਹਨਾਂ ਤੇ ਪੂਰੇ ਉਤਰਾਂਗੇ ਜੋ ਕਮਿਊਨਿਟੀ ਨੂੰ ਫਾਇਦਾ ਹੋ ਸਕਦਾ ਗੁਰੂ ਘਰ ਵਿੱਚੋਂ ਉਹ ਸਾਰੇ ਕਾਰਜ ਇੱਥੇ ਕਰਾਂਗੇ ਮੈਨੂੰ ਆਪਣੇ ਜੋ ਪੰਥਕ ਸਲੇਟ ਦੇ 31 ਮੈਂਬਰ ਆ ਉਹਨਾਂ ਦੇ ਪੂਰਨ ਵਿਸ਼ਵਾਸ ਆ ਉਹ ਤੰਦਹੀ ਨਾਲ ਸਾਰੇ ਸੇਵਾ ਕਰਦੇ ਹਨ ਗੁਰਸਿੱਖੀ ਵਿੱਚ ਉਹਨਾਂ ਦਾ ਪੂਰਾ ਵਿਸ਼ਵਾਸ ਆ ਗੁਰੂ ਘਰ ਨੂੰ ਗੁਰੂ ਘਰ ਮੰਨਦੇ ਆ ਫੇਰ ਮੈਂ ਬੇਨਤੀ ਕਰਦਾ ਖਾਲਸਾ ਪੰਥ ਸਟੇਟ ਨੂੰ 15 16 ਮਈ ਨੂੰ ਆ ਕੇ ਗੁਰੂ ਘਰ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਇਸ ਗੁਰੂ ਘਰ ਨੂੰ ਆਪਾਂ ਹੋਰ ਵੀ ਚੜ੍ਹਦੀ ਕਲਾ ਵਿੱਚ ਜਿਨ੍ਹਾਂ ਬਜ਼ੁਰਗਾਂ ਨੇ ਬਣਾ ਕੇ ਸਾਨੂੰ ਦਿੱਤਾ ਉਹਨਾਂ ਦਾ ਮਨ ਵੀ ਖੁਸ਼ ਹੋਊਗਾ ਇਹਨੂੰ ਹੋਰ ਵੀ ਚੜ੍ਹਦੀ ਕਲਾ ਅਤੇ ਸੰਗਤ ਵਾਸਤੇ ਫਾਇਦੇਮੰਦ ਬਣਾ ਸਕੀਏ ਇਹ ਦਾਸ ਦੀ ਬੇਨਤੀ ਹੈ ਜੀ ਗੁਰਨਾਬ ਸਿੰਘ ਜੀ ਇੱਕ ਜਰੂਰ ਸਾਡੇ ਦਰਸ਼ਕ ਜਾਨਣਾ ਚਾਹਣਗੇ ਕਿਉਂਕਿ ਨਗਰ ਕੀਰਤਨ ਦੇ ਹਿਸਾਬ ਨਾਲ ਲੋਕ ਆਪਣੇ ਪ੍ਰੋਗਰਾਮ ਬਣਾਉਂਦੇ ਨੇ ਪੂਰੀ ਦੁਨੀਆ ਦੇ ਵਿੱਚ ਜੇਦੋਂ ਨਗਰ ਕੀਰਤਨ ਹੈ ਯੂਰਪ ਸਿਟੀ ਤਸੀਂ ਉਦੋਂ ਕੈਨੇਡਾ ਤੋਂ ਅਮਰੀਕਾ ਤੋਂ ਯੰਗਲੈਂਡ ਤੋਂ ਇੱਥੇ ਆਵਾਂਗੇ ਤੇ ਇਸ ਵਾਰ ਨਗਰ ਕੀਰਤਨ ਦੀ ਕੀ ਸੰਭਾਵਨਾ ਲੱਗਦੀ ਹੈ ਜੀ ਜੇ ਸਭ ਕੁਝ ਹੋਪਨ ਰਿਹਾ ਸਾਡੀ ਕਮੇਟੀ ਗੁਰੂ ਮਾਰਾ ਕਿਰਪਾ ਕਰੇ ਹੋਂਦ ਵਿੱਚ ਆ ਜਾਏ ਤਾਂ ਅਸੀਂ ਨਗਰ ਕੀਰਤਨ ਅੱਗੇ ਨਾਂ ਵੀ ਚੜ੍ਹਦੀ ਕਲਾ ਵਿੱਚ ਸਥਾਪਿਤ ਕਰਾਂਗੇ ਮਿਹਰਬਾਨੀ ਸੋ ਇਹ ਜੋ ਨਗਰ ਕੀਰਤਨ ਹੈ ਇਹ ਵੀ ਜਦੋਂ ਢੀਰੀ ਸਾਹਿਬ ਨੇ ਦੱਸਿਆ ਸਾਨੂੰ 1980 ਵਿੱਚ ਸ਼ੁਰੂ ਹੋਇਆ ਸੀ ਉਸ ਦਿਨ ਤੋਂ ਲੈ ਕੇ ਤਕਰੀਬਨ ਪਿਛਲੇ 40 ਸਾਲ ਤੋਂ ਇਸ ਨਗਰ ਕੀਰਤਨ ਦੇ ਵਿੱਚ ਹਮੇਸ਼ਾ ਜੋ ਸਾਡੇ ਜੁम्मे ਸੇਵਾ ਲੱਗਦੀ ਰਹੀ ਚਾਹੇ ਅਸੀਂ ਕਮੇਟੀ ਵਿੱਚ ਹੋਏ ਚਾਹੇ ਕਮੇਟੀ ਤੋਂ ਬਾਹਰ ਹੋਈਏ ਅਸੀਂ ਹਮੇਸ਼ਾ ਕਰਦੇ ਰਹੇ ਹਾਂ ਹੁਣ ਵੀ ਤੁਹਾਡੇ ਨਾਲ ਬਚਨ ਬੰਧਿਆ ਜਿੰਨਾ ਚਿਰ ਇਸ ਧੰਨ ਵਿੱਚ ਸਾਹ ਆ ਅਸੀਂ ਸੰਗਤਾਂ ਦੇ ਸੇਵਾਦਾਰ ਹਾਂ ਸੰਗਤਾਂ ਦੇ ਦਾਸ ਬਣ ਕੇ ਸੰਗਤਾਂ ਦੇ ਚੋ ਜੋੜੇ ਝਾੜਾਂਗੇ ਇਹ ਦਾਸ ਦੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ